ਅਰਜਨ ਹਰ ਗੋਬਿੰਦ ਨੋ ਸਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਇ ਜਿਸ ਵਿਖੇ ਸਭ ਦੁੱਖ ਜਾਇ ਤੇ ਗੁਰੂ ਹਰਿ ਸਿਮਰਿਆਇ ਘਰ ਨੋ ਨਿਤ ਆਵਤਾਇ ਸੁਥਾਈ ਹੋਇ ਸੁਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਇ ਸੁਹਾਇ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਗੁਰੂ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਰਜੀ ਆਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਾ ਇਹ ਨਿਮਾਣਿਆਂ ਦੇ ਮਾਣ ਤਾਣਿਆਂ ਦੇ ਤਾਣ ਨਿਓਟਿਆਂ ਦੀ ਓੜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਲੋਭ ਮੋਹ ਅਭਿਮਾਨਾ ਹਰ ਇੱਕ ਸੋਗ ਤੇ ਰਹਿ ਨਿਆਰੋ ਨਾਹੀ ਮਾਨ ਅਪਮਾਨਾ ਜਗ ਤੇ ਰਹਿ ਨਿਰਾਸਾ ਕਾਮ ਕ੍ਰੋਧ ਜਿਹ ਪਰਸੈ ਨਾਹਨ ਤਿਹ ਘਟ ਬ੍ਰਹਮ ਨਿਵਾਸਾ ਗੁਰ ਕਿਰਪਾ ਜਿਹ ਨਰ ਕਉ ਕੀਨੀ ਇਹ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੀ ਗੁਰ ਕਿਰਪਾ ਜਿਹ ਨਰ ਕਉ ਕੀਨੀ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿਸ ਗ੍ਰੇਟ ਗ੍ਰੈਂਡ ਗ੍ਰੈਂਡਫਾਦਰ ਸਰਦਾਰ ਸ਼ਾਮ ਸਿੰਘ ਜੀ ਜ਼ੈਲਦਾਰ ਹਿਸ ਸਨ ਸਰਦਾਰ ਸੂਰਤ ਸਿੰਘ ਜੀ ਜ਼ੈਲਦਾਰ ਐਂਡ ਮਾਈ ਗ੍ਰੈਂਡਫਾਦਰ ਸਰਦਾਰ ਹਰਜਿੰਦਰ ਸਿੰਘ ਜੀ ਐਂਡ ਮਾਈ ਪੇਰੈਂਟਸ ਅਮਨਪ੍ਰੀਤ ਕੌਰ ਐਂਡ ਰਿਟਾਇਰਡ ਗਰੁੱਪ ਕੈਪਟਨ ਹਰਮੀਤ ਸਿੰਘ ਮਾਵੀ ਦੇ ਆਲ ਬੀਨ ਐਜੂਕੇਸ਼ਨਿਸਟ My name is Manmeet Singh Mavi. I'm a fifth gen. Second Masi is Dr. Sinder Kaur Nijjar, who's married to Dr. Satnam Singh Nijjar, who's a surgeon. And then my parents, Amanpreet Kaur Mavi, and my father, who retired from Indian Air Force, Group Captain Manmeet Singh Mavi. My youngest Masi is Ramanveer Kaur, who's married to Jasbir Singh Dhappa, ex-MLA. At this point, I would request Dr. Satnam Singh Nijjar to speak few lines about Menno Apne Sara Sankar
पुष्कर मैं कहूँगा ये सत्य पाचा कपित सिंह ने उन्होंने आत्मा उन्हें चाहिए अच्छा डर मरा होना चाहिए कि जो बेटी पढ़ानी है बेटी बचानी है बेटी को उस जगह से बचाना तो वो हो गया आत्मा अच सामने हो गया तो सारा ये सत्य पाचा ਸਾਡੇ ਇਲਾਕੇ ਦੀ ਬਹੁਤ ਹੀ ਖੂਬਸੂਰਤ ਸ਼ਖਸੀਅਤ ਸਰਦਾਰ ਹਰਜੀਤ ਸਿੰਘ ਜੀ ਅੱਜ ਸਾਡੇ ਵਿੱਚ ਨਹੀਂ ਗੁਰਬਾਣੀ ਦੇ ਵਿੱਚ ਭਗਤ ਕਬੀਰ ਜੀ ਨੇ ਕਿਹਾ ਲਿਖਿਆ ਹੈ ਦੇ ਵਿੱਚ ਜਿਹੜੀਆਂ ਤੁਕਾਂ ਨੇ ਇਹੋ ਜਿਹੀਆਂ ਮਹਾਨ ਸ਼ਖਸੀਅਤਾਂ ਦੇ ਭੁਗਦੀਆਂ ਨੇ ਜਿਹੜੇ ਸਾਰੀ ਜ਼ਿੰਦਗੀ ਬੜੀ ਸਾਫ਼ ਸੁਥਰੀ ਖੁੱਲ੍ਹੀ ਕਿਤਾਬ ਵਾਂਗੂ ਬਤੀਤ ਕਰਕੇ ਗਏ ਨੇ ਔਰ ਉਹਨਾਂ ਦੇ ਜਾਣ ਤੋਂ ਬਾਅਦ ਵੀ ਅਸੀਂ ਸਾਰੇ ਹੀ ਕੋਸ਼ਿਸ਼ ਕਰੀਏ ਕਿ ਉਹਨਾਂ ਦੇ ਨਕਸ਼ੇ ਕਦਮਾਂ 'ਤੇ ਚੱਲ ਕੇ ਆਪਣੀ ਜ਼ਿੰਦਗੀ ਵੀ ਉਹਨਾਂ ਦੇ ਮੁਤਾਬਕ ਚੱਲਣ ਦੀ ਕੋਸ਼ਿਸ਼ ਕਰੀਏ ਮੈਂ ਆਪਣੇ ਵੱਲੋਂ ਸਾਰੇ ਇਲਾਕੇ ਵੱਲੋਂ ਸਰਕਾਰ ਵੱਲੋਂ ਵਿਚੜੀ ਹੋਈ ਆਤਮਾ ਸਰਦਾਰ ਹਰਜੀਤ ਸਿੰਘ ਜੀ ਸ਼ਰਧਾ ਦੇ ਫੁੱਲ ਭੇਟ ਕਰਦੇ ਕਹਿੰਦਾ ਦਾ ਜਾਤ ਕਪਾ ਦੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁੱਚੇ ਆਪਣੇ ਪੈਰੋਂ ਪਰਿਵਾਰ ਵੱਲੋਂ ਇੱਥੇ ਤੁਸੀਂ ਜਿੰਨੇ ਕਦਮ ਚੱਲ ਕੇ ਆਏ ਹੋ ਉਨੀ ਵਾਰ ਆਪਣਾ ਸੀਸ ਲਵਾ ਕੇ ਨਮਸਕਾਰ ਕਰਕੇ ਤੁਹਾਡਾ ਧੰਨਵਾਦੀ ਹਾਂ ਮੈਂ ਧੰਨਵਾਦੀ ਹਾਂ ਆਪਣੇ ਵੱਡੇ ਵੀਰ ਸਰਦਾਰ ਸੰਤੋਖ ਸਿੰਘ ਜੀ ਰੰਧਾਵਾ ਜੋ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਮਨਿਸਟਰ ਵੀ ਨੇ ਜਿਨ੍ਹਾਂ ਦੇ ਆਸ਼ੀਰਵਾਦ ਸਦਕਾ ਅੱਜ ਮੈਂ ਇੱਥੇ ਹਾਂ ਉਹਨਾਂ ਦੇ ਸਪੁੱਤਰ ਸਾਹਿਬ ਸੁਖਜਿੰਦਰ ਸਿੰਘ ਜੀ ਰੰਧਾਵਾ ਸਾਹਿਬ ਮੇਰੇ ਵੱਡੇ ਵੀਰ ਅਜਨਾਲੇ ਤੋਂ MLA ਸਰਦਾਰ ਹਰਪ੍ਰਤਾਪ ਸਿੰਘ ਜੀ ਅਜਨਾਲਾ ਸਾਡੇ ਬੁਲਾਰੀਆ ਸਾਹਿਬ ਜੋ ਕਿ ਹਲਕਾ ਦੱਖਣੀ ਤੋਂ MLA ਨੇ ਉਹ ਵੀ ਆ ਕੇ ਗਏ ਨੇ ਸਰਦਾਰ ਆਦੇਸ਼ ਪ੍ਰਤਾਪ ਸਿੰਘ ਜੀ ਕਹਿਰੋਂ ਸਾਬਕਾ ਮੰਤਰੀ ਪੰਜਾਬ ਸਾਡੇ ਵੀਰ ਸਰ ਸੰਤੋਖ ਸਿੰਘ ਜੀ ਭਾਈਪੁਰ ਸਾਹਿਬ MLA ਸਾਹਿਬ ਬ੍ਰਿਗੇਡੀਅਰ ਜੋਗੀ ਜੀ ਕਾਫੀ ਵੱਡੀਆਂ ਸ਼ਖਸੀਅਤਾਂ ਆਈਆਂ ਨੇ ਨਾਲ ਸਾਡੇ Thank you.
नानक जन के है बप्पा।
See you.
Oh,
ਨਾਨਕ ਸਭ ਤੇ ਵੜਿਆਏ ਕੋਈ ਨਾਮ ਨ ਜਾਣੇ ਮੇਰਾ ਵਾਹਿਗੁਰੂ ਬੋਲੇ ਵਾਹਿਗੁਰੂ ਇੱਕੋ ਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦੱਸਵੇਂ ਰਥਾਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਿੰਗ ਆਏ ਫਿਰ ਅੰਦਰ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਮਰੋ ਸ੍ਰੀ ਹਰ ਆਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਵਿਖੇ ਸਭ ਦੁੱਖ ਜਾਏ ਤੇ ਬਹਾਦਰ ਸਿਮਰਿਆਏ ਘਰ ਨੋ ਨਿਤਿਆ ਵਤਾਏ ਸਿਵਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਤੇ ਚਲਾਈ ਤੇ ਗਵਾਹੀ ਦੇ ਧਿਆਨਿਤ ਕੀਤਾ ਇਹਨਾਂ ਪਿਆਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਰਸਾ ਵੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸੰਗਤ ਸੰਗਣੀਆਂ ਨੇ ਧਰਮ ਹੀ ਚੀਜ਼ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕਿੱਸਾ ਸਵਾਸਾਂ ਨਾਲ ਨਿਭਾਹੀ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਸਮੇਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਦਿਆ ਵਿੱਚ ਤਵਣ ਕਾ ਸੁਰਕਾ ਸਰਬ ਸੁਖ ਹੋਵਾਰ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਹਾ ਤੈ ਦੇ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਤੇ ਸਦਾਨ ਰੱਖਦਾਰ ਵਿਵੇਕ ਦਾਨ ਸਾਹਦਾਨ ਭਰੋਸਾ ਦਾਨ ਦਾਨਾ ਸਿਰਦਾਨਾ ਅਵਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਦੁੱਗੋ ਦੁੱਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਤੀ ਮਤ ਪਤ ਦਾ ਰੱਖ ਆਪ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਕਰਦੀ ਆਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਾ ਇਹ ਨਿਮਾਣਿਆਂ ਦੇ ਮਾਣ ਤਾਣਿਆਂ ਦੇ ਤਾਣ ਨਿਓਟਿਆਂ ਦੀ ਓੜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿਖੇ ਸਮੂਹ ਸੰਗਤ ਦੀ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਆਪ ਜੀ ਦਾ ਪਾਵਨ ਪਵਿੱਤਰ ਮਹਾਂਵਾਕ ਹੈ ਕਾਲ ਕਲਮ ਹੁਕਮ ਹੱਥ ਹੈ ਕਹੋ ਕੌਣ ਵੇਖ ਸਕੈ ਈਸ ਬਮ ਗਿਆਨ ਧਿਆਨ ਤਰਤ ਹੀ ਇਹ ਚਾਹੇ ਦੀਆ ਦੇਹਾ ਤੀਰੀ ਲਿਖਿਆ ਦੇਹਾ ਹੁਕਮ ਕਮਾਏ ਕੱਲੇ ਆਵਾ ਨਾਨਕਾ ਸੱਦੇ ਉੱਠੀ ਜਾਹੇ ਦੇ ਮਹਾਂਵਾਕ ਅਨੁਸਾਰ ਆਪ ਜੀ ਦੇ ਦਰ ਕਰਦੇ ਪ੍ਰੀਤਵਾਨ ਸਰਦਾਰ ਹਰਦਿੱਤ ਸਿੰਘ ਜੀ ਸੱਚੇ ਪਾਤਸ਼ਾਹ ਜੀ ਆਪ ਜੀ ਵੱਲੋਂ ਬਖਸ਼ਿਸ਼ ਕੀਤੀ ਸਵਾਸਾਂ ਰੂਪੀ ਪੂੰਜੀ ਨੂੰ ਭੋਗ ਦਿਆ ਹੋਇਆ ਕੁਝ ਦਿਨ ਪਹਿਲਾਂ
मात लोग तो पांच भौतक शरीर नू त्याग के पर लोग गमन कर गए सन उन्हां दी आत्मिक शांति वास्ते रूह दे पले हिता आप जी दे पावन हुक्म अनुसार अंत सतगुरु बोलिया वह पिछे कीर्तन करे हो निर्वाण जी ओदे पावन हुक्म नू मन दिया होया उन्हां दे सारे ही परिवार बच्चिया दमाद साहबाना ने सच्चे पातशाह जी आप जी दे पावन चरणा दा ओट आसरा लिया तुरकी बाणी दे जाप करवाए भोगां तो उपरंत सजे पंडाल अंदर आप जी दी छत्र छाया हेठ दीवान सजा सदे दीवान पावन गुरबाणी दा शब्द कीर्तन होया पातशाह जी ने करनी दया करनी तरस करना आप जी का पावन महावाक है लिख कतह न सुटिया खिन खिन भूलन हार बख्शन हार बख्श लै नानक पार उतार जीवात्मा तो संसार विच मित्र दया जाने अनजाने होइया भुला नू ना चतारदे होए कह कबीर सुनोहरे संता फेत ही करो नवेरा अब की बार बख्श बंदे का बहुर न पौदल फेरा वाली बख्शिश करनी सरदार हरदेव सिंह जी नू अभेदता बख्शनी पिछे उन्हां दे समुते परिवार कंबियां संबंधियां नू भाणा मन्नण दा बल बख्शिश करना आउण वाले समय परिवार वास्ते सुख वंडणे मनाउणे सत्ते पातशाह जी उन्हां दे परिवार विच परस पर प्रेम प्यार एकता इक भाग बख्शिश करना समूह आई संगत दी हाजरी तिलकुल भेटा दर परिवार करनी सारियां दे परिवारी सुख शांति खुशियां खेड़े बख्शिश करने आप जी दे हजूरा शब्द कीर्तन आनंद साहब जी की अरदास होइयां भुल्लां दी माफी देनी अगों वास्ते समर्थ बख्शनी आप जी दे हजूरा कड़ाहा प्रसादी दे हाजर हां दा प्रवान होवे परिवार होया प्रसाद संगत वरताउण दी आग्या बख्शो कृपा करो अपने पावन प्रमाण बख्शो समूह परिवार तत्ताई संगत नूं कृतार्थ करो सही प्यारे मेलो जिन्ना मिलिया आप जी दा नाम चित आवे नानक नाम धरती कला तेरे भाणे सरबत दा भला वाहिगुरु जी का खालसा वाहिगुरु जी की फतेह दोहरा आगा भैया काल की तभी चलायो पंथ सिखन को हुक्म है गुरु मान्यो ग्रंथ गुरु ग्रंथ जी मान्यो प्रगट गोरा की दे प्रभु को मिलो चाहा बोल शब्द मैले करेगा खालसा न कोए वार होए संगलेंगे बजे चरण जो होए बोले सोनिहाल सत्री अकाल वाहिगुरु जी का खालसा वाहिगुरु जी की फतेह वाहिगुरु जी
ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਵਾਰ, ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਗੁਰਮੁਖ ਜਨਮ ਸਵਾਰ ਦਰਗਹਿ ਹੈ ਚੱਲਿਆ, ਸੱਚੀ ਦਰਗਹਿ ਹੈ ਜਾਏ ਸੱਚਾ ਪਿੜ ਮੱਲਿਆ। ਜਨਮ ਮਰਨ ਦੋਹੂੰ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਏ, ਪਰ ਸਿਉਂ ਲੈਣ ਮਿਲਾਏ। ਨਾਮ ਤੇ ਨਹੀਂ ਔਰ ਦੀਪ ਕੈਸੇ ਸਦਰ ਧਾਰੀ, ਬੜੋ ਅਭਿਮਾਨ ਕੰਤ ਮੈਂ ਕਰਤ ਹੈ। ਸੇ ਮਾਨ ਤਾਰੀ ਭੋਗ ਭੋਗ ਅਸਰ ਪਰਾਸਰ ਨਾਰਦ ਸਾਰਦ ਪਿਆਦ ਜਿੱਥੇ ਮੁਨ ਪਾਏ, ਗਾਲਵ ਆਦ ਅਨੰਤ ਮੁਨੀਸ਼ਵਰ ਬ੍ਰਹਮ ਹੂੰ ਤੇ ਨਹੀਂ ਜਾਤ ਗੁਨਾਏ। ਅਗਸਤ ਪੁਲਸਤ ਬਸਿਸ਼ਟ ਤੇ ਆਦ, ਨਾ ਜਾਨ ਪਰੇ ਕਹਿ ਦੇਸ ਸਿਧਾਏ। ਮੰਤਰ ਚਲਾਏ ਬਣਾਏ ਮਹਾਮਤ, ਫੇਰ ਮਿਲੇ ਪਰ ਫੇਰ ਨਾ ਆਏ। ਸਗਲ ਦੁਆਰ ਕਹੋ ਗਹੋ ਤੁਹਾਰੋ ਦੁਆਰ, ਤੁਹਾਰ ਸੁਖ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਹਾਰ। ਹੋਵਹ ਸਿਵ ਦੁਖ ਸੰਬੰਧੀ ਨੂਰ ਅਰ ਸੋ ਗੁਰ ਸੋ ਛਤੀਐ, ਤੁਦ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕਟਿਆ, ਸਜਣ ਸੱਚਾ ਪਾਤਸ਼ਾਹ ਸਿਰ ਸਾਹੋ। ਜਿਸ ਪਾਸ ਬੈਠਿਆ ਸੋਈਆ, ਸਭਨਾ ਦਾ ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਰਠ ਮਹਲਾ ਨੌਵਾਂ, ਜੋ ਨਰ ਦੁੱਖ ਮੈਂ ਦੁਖ ਨਹੀਂ ਮਨ, ਸੁਖ ਸਨੇਹੋ ਅਰ ਪੈ ਨਹੀਂ ਜਾ ਕੈ, ਕੰਚਨ ਮਾਟੀ ਮਨ ਜੋ ਨਰ ਦੁਖ ਮੈਂ ਦੁਖ ਨਹੀਂ ਮਨ, ਸੁਖ ਸਨੇਹੋ ਅਰ ਪੈ ਨਹੀਂ ਜਾ ਕੈ, ਕੰਚਨ ਮਾਟੀ ਮਨ ਰਹਾਉ। ਨਹਿ ਨਿੰਦਿਆ ਨਹਿ ਉਸਤਤ ਜਾ ਕੈ, ਲੋਭ ਮੋਹ ਅਭਿਮਾਨਾ
दुख सोग ते रह न्यारो नाहि मान अपमाना आसा मनसा सगल ते आगै जगते रह निरासा काम करो जेह पर सैनाहन तेह काट ब्रह्म निवासा गोर किरपा जेह नर कौ कीनी तेह एह जुगत बचानी नानक लीन भयो गोविंद स्यों ज्यों पानी संग पानी गोर किरपा जेह नर कौ कीनी तेह एह जुगत बचानी नानक लीन भयो गोविंद स्यों ज्यों पानी संग पानी वाहिगुरु जी का खालसा वाहिगुरु जी की फतेह धन धन श्री गुरु ग्रंथ साहिब जी महाराज चार परिवारक धार्मिक राजनीतिक गुरु की साझी निवाजी सत संगत जीओ बड़ी ही मान योग शख्सियत सरदार हरदित सिंह जी जो वाहिगुरु के हुक्म अनुसार मात लोग ते आए जिन तुम भेजे तिन्हें बुलाए सुख सह सेती कर आओ कल्ले आव है नानका सत्य उठी जाहे दे महावाक अनुसार उन्होंने मात लोग की यात्रा की थी। इलाके दे जाने पहचाने आप सारिया संगतां भली प्रकार पता है कि उन्होंने मनुखता दे वास्ते की उपकार किए। मैं बहुता विस्तार विच ना जावां। उन्होंने अंतम जात बाबा बीबी चंद साहब जी के पवित्र अस्थान गुरद्वारा पाठ साहब का सारा जथा बुला के श्री अखंड पाठ साहब का भोग पवाया उपरंत कीर्तन होया। भाई साहब भाई कुलविंदर सिंह जी अरदास गए श्री हरिमंदर साहब उन्होंने अरदास बेनती की उपरंत मुखवाक आप सारिया संगतां ने श्रवण किया है। हुण अगला प्रोग्राम जिहड़ा है गुरमुख प्यारे आप जी नूं दर्शाउणगे दास गुरद्वारा पाठ साहिब वल्लों बाबा बिधी चंद साहिब जी दे पवित्र अस्थान वल्लों उन्हां नूं श्रद्धा दे फुल भेट करदा होया खिमा दा याचक हाँ। जिन्नी भी संगत अज उन्हां दी अंतम याद विच इकट्ठी होई है सियाणियां दा कथन है किसी की खुशी भी आईए खुशी प्रफुल्लित हो जाती है किसी के अंतम समय से आ जाइए दुख वंडाया जाता है। आप परिवार के नाल उन्हां दी अंतम याद में हाजिरी भरन वास्ते हाजिर होए हो। अगला प्रोग्राम प्यार के नाल परिवारक मैंबर आप जी नूं दर्शाउणगे सरवण करन दा जतन करिए। वाहिगुरु जी का खालसा वाहिगुरु जी की फतह। Sardar Hardit Singh was my grandfather. He was my Nanaji. His great-great-grandfather, Sardar Shyam Singh Ji, the Eldar. His son, Sardar Surat Singh Ji, the Eldar. And my grandfather, Sardar Hardit Singh Ji. And my parents, Amanpreet Kaur and retired Group Captain Harmeet Singh Mahi, they've all been educationists. My name is Harmeet Singh Mahi.
I'm a fifth generation educationist who joined this field after studying at Stanford University. My grandfather had four daughters, the eldest being my Masi, Babu Masi. She is married to Dr. Sant Prakash Singh Tillo, Deputy Director, retired from Punjab Health Services. My second Masi is Dr. Sinder Kaur Nijjar, who is married to Dr. Satnam Singh Nijjar, who is a surgeon. And then my parents, Amanpreet Kaur Mavi, and my father, who retired from Indian Air Force, Group Captain Harbir Singh Mavi. My youngest Masi is Ramanbir Kaur, who is married to Jasbir Singh Dhimpa, ex-MLA. At this point, I would request Dr. Satnam Singh Nijjar to speak a few lines about Nanaji. Sardar Hardev Singh ji, antam ardas ch shamil hoi sari saat sangat Vaheguru ji ka khalsa, Vaheguru ji ki fateh. ਮੈਨੂੰ ਆਪਣੇ ਸਾਰਾ ਸਾਲ ਬਾਰੇ ਕੁਛ ਕਹਿਣ ਦੀ ਜ਼ਰੂਰਤ ਹੈ। ਸਾਰੇ ਤੁਸੀਂ ਜਾਣਦੇ ਹੋ ਮੈਂ ਐਮਐਸ ਕਰਦਾ ਸਾਂ ਅੰਮ੍ਰਿਤਸਰ ਅਤੇ ਸਰਦਾਰ ਜੋਗਿੰਦਰ ਸਿੰਘ ਗੰਟਾਲਾ, ਸਰਦਾਰ ਪਾਲ ਸਿੰਘ ਜਿਹੜੇ ਪੰਜ MLA ਨੇ ਸਿਕੰਦਰ ਮੈਨੂੰ ਪਸੰਦ ਸੀ ਅਤੇ ਮੈਂ ਉਹਨਾਂ ਨੂੰ ਕਿਹਾ ਹੈ ਮੈਂ ਕਿਹਾ ਮੈਂ ਕਿਹਾ ਸਰਦਾਰ ਪ੍ਰਤਾਪ ਸਿੰਘ ਕੈਰੋ ਦਾ ਨਾਮ ਸੁਣਿਆ ਪਰ ਮੈਂ ਸਰਦਾਰ ਸੂਰਜ ਸਿੰਘ ਜੈਲਦਾਰ ਹੋਣਾ ਬਾਰੇ ਉਹ ਲੜਕੀ ਦੇ ਗ੍ਰੈਂਡਫਾਦਰ ਨੇ ਉਹਨਾਂ ਨੇ ਇੱਕ ਗੱਲ ਕਹੀ ਕਹਿੰਦੇ ਕਹਿੰਦੇ ਐਸਾ ਪਰਿਵਾਰ ਕਰਮਾਂ ਵਾਲਿਆਂ ਨੂੰ ਮਿਲਦਾ ਮੈਂ ਕਦੀ ਇੱਡੀ ਵੀ ਕਿਹੜੀ ਗੱਲ ਹੈ ਉਹ ਕਹਿਣ ਲੱਗੇ ਕਿ ਲੋਕ ਲੜਕੀਆਂ ਦੀ ਐਜੂਕੇਸ਼ਨ ਦੀ ਗੱਲ ਕਰਦੇ ਨੇ ਆਹ ਲੜਕੀਆਂ ਦੀ ਐਜੂਕੇਸ਼ਨ ਲਈ ਇਹਨਾਂ ਦੇ ਪਰਿਵਾਰ ਨੇ ਸਰਦਾਰ ਨਿਹਾਲ ਸਿੰਘ ਅਤੇ ਸਰਦਾਰ ਸ਼ਾਮ ਸਿੰਘ ਸਕੇ ਭਰਾ ਇਹਨਾਂ ਨੇ ਜਿੰਨੀ ਕਾਮਨਾ ਕਰ ਲਈ ਦੇਸ਼ ਵਿਦੇਸ਼ 'ਚੋਂ ਪੈਸੇ ਇਕੱਠੇ ਕੀਤੇ ਮਹਾਰਾਜਾ ਪਟਿਆਲਾ ਕੋਲੋਂ ਮਹਾਰਾਜਾ ਸਰਦਾਰ ਭੁਪਿੰਦਰ ਸਿੰਘ ਕੋਲੋਂ ਮਾਇਆ ਲਿਆਂਦੀ ਉਹਨਾਂ ਕੋਲੋਂ ਦੋ ਸਕੂਲਾਂ ਦੇ ਕਚੰਡਣ ਆਸ਼ਰਮ ਅਤੇ ਮਾਝਾ ਗੁਰੂ ਗੋਬਿੰਦ ਸਿੰਘ ਮਾਝਾ ਖਾਲਸਾ ਸਕੂਲ ਉਹ ਕੋਲੋਂ ਔਰ ਲੜਕੀਆਂ ਲਈ ਫਸਟ ਟਾਈਮ ਪੰਜਾਬ ਦੇ ਵਿੱਚ ਇੱਕ ਰੈਜੀਡੈਂਸ਼ੀਅਲ ਸਕੂਲ ਉਹਨਾਂ ਨੇ ਕਿਹਾ ਜਿਹੜੇ ਮੇਰੇ ਸਹੁਰਾ ਸਾਹਿਬ ਸਰਦਾਰ ਹਰਦੀਪ ਸਿੰਘ ਜਿਨ੍ਹਾਂ ਦੀ ਯਾਦ 'ਚ ਤੁਸੀਂ ਸਾਰੇ ਬੈਠੇ ਹੋ ਸਾਰੇ ਰਿਸ਼ਤੇਦਾਰ ਕਿੱਥੇ ਨੇ ਤਾਂ ਪੰਜੇ ਦਾ ਐਨਾਲਿਸਿਸ ਜਦੋਂ ਹੁੰਦਾ ਮੈਂ ਸਮਝਣਾ ਕਿ ਉਹ ਇੱਕ ਆਈਡੀਅਲ ਹਿਊਮਨ ਬੀਂਗ ਜੇ ਦੇਸ਼ ਦੀ ਸੇਵਾ ਕਰਨੀ ਸੀ ਤਾਂ 22 ਸਾਲ ਫੌਜ ਦੇ ਵਿੱਚ ਦੇਸ਼ ਦੀ ਸੇਵਾ ਕੀਤੀ ਜੇ ਉੱਥੋਂ ਵਾਪਸ ਆਏ ਨੇ ਤਾਂ ਸਮਰਾਜ ਦੀ ਦੋਵੇਂ ਸਕੂਲਾਂ ਦੇ ਲਗਾਤਾਰ ਉਹ ਚੇਅਰਮੈਨ ਇਹਨਾਂ ਸਕੂਲਾਂ ਦੇ ਰਹੇ ਜੇ ਸਰਕਾਰ ਨੂੰ ਉਹ ਸਕੂਲ ਦਿੱਤੇ ਨੇ ਤਾਂ ਨਾਲ ਲੱਗਦੀ ਜਿਹੜੀ 50-60 ਕਿੱਲੇ ਜ਼ਮੀਨ ਸੀ ਅੱਜ ਕੱਲ੍ਹ ਲਾਲਚ ਆ ਜਾਂਦਾ ਉਹ ਵੀ ਸਰਕਾਰ ਨੂੰ ਨਾਲ ਹੀ ਦਿੱਤੀ ਪਰਿਵਾਰ ਦੇ ਵਿੱਚ ਅਸੀਂ ਕਹਿ ਦਿੰਦੇ ਹਾਂ ਲੜਕਿਆਂ ਵਰਗੀਆਂ ਲੜਕੀਆਂ ਮੈਂ ਕਹਾਂਗਾ ਕਿ ਲੜਕੀਆਂ ਹੀ ਵੈਸੀਆਂ ਲੜਕੀਆਂ ਅਤੇ ਲੜਕੇ ਹੋ ਹੀ ਨਹੀਂ ਸਕਦੇ ਇਹ ਨਹੀਂ ਹੈ ਕਿ ਮੇਰੀਆਂ ਮੇਰੀ ਬੀਵੀ ਆ ਜਾਂ ਮੇਰੇ ਰਿਸ਼ਤੇਦਾਰੀ ਆ ਸਮਾਜ ਦੀ ਪਰਿਵਾਰ ਦੀ ਧਾਰਮਿਕ ਰੁਚੀ ਰੱਖਣ ਵਾਲੇ
ਜਦੋਂ ਵੀ ਮੈਂ ਉਹਨਾਂ ਨੂੰ ਦੇਖਿਆ ਉਹਨਾਂ ਨੇ ਇਨਸਾਫ ਦੀ ਗੱਲ ਕੀਤੀ। ਅੱਜ ਅਰਦਾਸ ਹੋ ਗਈ ਸੀ ਕਿ ਸੱਚੇ ਪਾਤਸ਼ਾਹ ਉਹਨਾਂ ਦੀ ਆਤਮਾ ਨੂੰ ਸਿੱਧੀ ਵੀ ਕਰਨੀ ਆਪਣੇ ਕੋਲ ਰੱਖੇ ਅਤੇ ਸ਼ਾਂਤੀ ਬਖਸ਼ੇ। ਅੱਜ ਸਾਰੇ ਹਿੰਦੁਸਤਾਨ ਔਰ ਪੰਜਾਬ ਦੇ ਵਿੱਚ ਗੱਲ ਹੋ ਰਹੀ ਹੈ ਬੇਟੀ ਪੜ੍ਹਾਓ ਬੇਟੀ ਪੜ੍ਹਾਓ। ਮੈਂ ਕਹਾਂਗਾ ਕਿ ਸੱਚੇ ਪਾਤਸ਼ਾਹ ਖਤਿਤ ਸਿੰਘ ਨੇ ਉਹਨਾਂ ਦੀਆਂ ਆਤਮਾ ਹੋਣੀਆਂ ਚਾਹੀਦੀਆਂ ਪਰ ਸਾਡਾ ਨਾਰਾ ਹੋਣਾ ਚਾਹੀਦਾ ਕਿ ਜੇ ਬੇਟੀ ਪੜ੍ਹਾਉਣੀ ਹੈ ਬੇਟੀ ਬਚਾਉਣੀ ਹੈ ਬੇਟੀ ਨੂੰ ਉਸ ਜਗ੍ਹਾ 'ਤੇ ਪਹੁੰਚਾਉਣਾ ਅਤੇ ਉਹੋ ਜਿਹੀਆਂ ਆਤਮਾ ਅੱਜ ਸਾਨੂੰ ਲੋੜ ਹੈ ਦੁਬਾਰਾ ਕਿ ਸੱਚੇ ਪਾਤਸ਼ਾਹ ਉਹਨਾਂ ਦੀ ਆਤਮਾ ਨੂੰ ਫਿਰ ਸਾਡੇ ਵਿੱਚ ਵੀ ਇਹੋ ਮੇਰੀ ਆਖਰੀ ਅਰਦਾਸ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਮੈਂ ਸਰਦਾਰ ਜਸਬੀਰ ਸਿੰਘ ਪਰਿਵਾਰ ਨੂੰ ਬੁਲਾਵਾਂਗਾ ਸਾਰਿਆਂ ਨੂੰ ਵੋਟ ਆਫ ਥੈਂਕਸ ਦੇਵਾਂਗਾ। ਮੈਂ ਸਮੁੱਚੀ ਸੰਗਤ ਧੰਨਵਾਦ ਕਰ ਪ੍ਰਕਿਰਿਆ ਇੱਕ ਮਿੰਟ ਵੀ ਲਵਾਂਗਾ ਜੋ ਮੇਰੇ ਸਾਰੇ ਪਰਿਵਾਰ ਦੇ ਸਵਾਗਤ ਨੂੰ ਬਹੁਤ ਸੰਤੋਖ ਰੱਖਦਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਸੈਕਟਰੀ ਸਾਹਿਬ ਐਮ ਪੀ ਸਿੰਘ ਜੀ ਦਾ ਮੈਨੂੰ ਕੌਲ ਆਈ ਸੀ ਉਹਨਾਂ ਨੇ ਕਿਹਾ ਸੀ ਕਿ ਹਰਮਿੰਦਰ ਸਿੰਘ ਗਿੱਲ ਹੋਣਾ ਦੇ ਹੱਥੀ ਅਸੀਂ ਸ਼ੋਕ ਸੰਦੇਸ਼ ਪਰਿਵਾਰ ਵਾਸਤੇ ਭੇਜਿਆ ਅਤੇ ਮੈਂ ਗਿੱਲ ਸਾਹਿਬ ਨੂੰ ਕੰਟੈਕਟ ਕਰਕੇ ਮੁੱਖ ਮੰਤਰੀ ਸਾਹਿਬ ਦਾ ਸ਼ੋਕ ਸੰਦੇਸ਼ ਜਿਹੜਾ ਪਰਿਵਾਰ ਨੂੰ ਅਤੇ ਸਨਮਾਨਯੋਗ ਗੁਰੂ ਗੋਬਿੰਦ ਸਿੰਘ ਸੰਗਤ ਜੀ ਆਪਾਂ ਦੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਇਲਾਕੇ ਦੀ ਬਹੁਤ ਹੀ ਖੂਬਸੂਰਤ ਸ਼ਖਸੀਅਤ ਸਰਦਾਰ ਹਰਜੀਤ ਸਿੰਘ ਜੀ ਅੱਜ ਸਾਡੇ ਵਿੱਚ ਨਹੀਂ। ਗੁਰਬਾਣੀ ਦੇ ਵਿੱਚ ਭਗਤ ਕਬੀਰ ਜੀ ਨੇ ਇੱਕ ਥਾਂ ਲਿਖਿਆ ਬਾਬਾ ਬੋਲਦੇ ਤੇ ਕਹਾਂ ਗਏ ਦੇਹੀ ਕੇ ਸੰਗ੍ਰਹਿ ਤੇ ਸੁਰਤ ਮਾਹੇ ਜੋ ਨਿਰਤੇ ਕਰਦੇ ਕਥਾ ਵਾਰਤਾ ਕਹਿੰਦੇ। ਜਦੋਂ ਵੀ ਕਦੇ ਕਿਸੇ ਨੂੰ ਕਿਸੇ ਸਵਾਲ ਦਾ ਜਵਾਬ ਨਹੀਂ ਸੀ ਮਿਲਦਾ ਉਹ ਝੱਟ ਆਣ ਕੇ ਸਰਦਾਰ ਹਰਜੀਤ ਸਿੰਘ ਜੀ ਕੋਲ ਆਉਂਦੇ ਸਨ। ਸਾਡੇ ਇਲਾਕੇ ਦੇ ਐਜੂਕੇਸ਼ਨ ਦਾ ਇੱਥੇ ਸਮਾਜ ਦੇ ਕੰਮਾਂ ਦਾ ਇੰਨਾ ਜ਼ਿਆਦਾ ਖਿਆਲ ਰੱਖਦੇ ਸਨ ਕਿ ਹਰ ਇੱਕ ਨੂੰ ਬੁਲਾ ਬੁਲਾ ਕੇ ਨੇਕੀ ਦੇ ਕੰਮ ਕਰਨ ਵਾਸਤੇ ਪ੍ਰੇਰਦੇ ਸਨ। ਮੇਰੇ ਤੋਂ ਪਹਿਲਾਂ ਸਰਦਾਰ ਸਤਨਾਮ ਸਿੰਘ ਜੀ ਨਿੱਜਰ ਸਾਹਿਬ ਬੋਲ ਕੇ ਗਏ ਨੇ ਉਹਨਾਂ ਦੇ ਦਮਾਦ ਸਨ। ਔਰ ਇਸ ਤੋਂ ਇਲਾਵਾ ਸਾਡੇ ਪੰਥ ਵਿੱਚ ਬਹੁਤ ਹੀ ਪ੍ਰਮਾਣਿਤ ਅਖੰਡ ਕੀਰਤਨੀ ਜਥਾ ਉਹਨਾਂ ਦੇ ਮੁਖੀ ਭਾਈ ਸਾਹਿਬ ਭਾਈ ਰਾਮ ਸਿੰਘ ਜੀ ਉਹਨਾਂ ਦੇ ਸਪੁੱਤਰ ਡਾਕਟਰ ਸੰਤ ਪ੍ਰਕਾਸ਼ ਸਿੰਘ ਜੀ ਉਹਨਾਂ ਦੇ ਦਮਾਦ ਵੱਡੇ ਦਮਾਦ ਸਨ। ਸਾਡੇ ਵੀਰ ਸਰਦਾਰ ਜਸਬੀਰ ਸਿੰਘ ਜੀ ਡਿੰਪਾ ਸਾਡੇ ਕਾਂਗਰਸ ਪਾਰਟੀ ਦੇ ਬਹੁਤ ਹੀ ਸੀਨੀਅਰ ਲੀਡਰ ਉਹ ਵੀ ਉਹਨਾਂ ਦਮਾਦ ਸਨ। ਔਰ ਸਰਦਾਰ ਵਿੰਗ ਕਮਾਂਡਰ ਸਾਹਿਬ ਉਹ ਵੀ ਉਹਨਾਂ ਦੇ ਦਮਾਦ ਸਨ। ਔਰ ਉਹ ਬੜੇ ਸੰਤੁਸ਼ਟ ਇਸ ਦੁਨੀਆ ਨੂੰ ਵਿਕਸਿਤ ਕਰਕੇ ਗਏ ਨੇ ਔਰ ਉਹਨਾਂ ਨੇ ਹਰ ਇੱਕ ਗੱਲ ਜਿਹੜੀ ਜਾਣ ਬਾਰੇ ਆਪਣੀ ਜ਼ਿੰਦਗੀ ਬਾਰੇ ਜ਼ਿੰਦਗੀ ਤੋਂ ਬਾਅਦ ਬਾਰੇ ਬੜਾ ਖੂਬਸੂਰਤ ਢੰਗ ਦੇ ਨਾਲ ਆਪਣੀ ਬਿੱਲ ਵਿੱਚ ਹਰ ਗੱਲ ਨੂੰ ਲਿਖ ਕੇ ਗਏ ਵੀ ਕੋਈ ਮਨਮਤ ਨਹੀਂ ਕਰਨੀ ਗੁਰਮਤ ਰਹਿਤ ਮਰਿਆਦਾ ਦੇ ਮੁਤਾਬਕ ਸਾਰੇ ਕੰਮ ਕਰਨੇ ਨੇ। ਔਰ ਜਿਵੇਂ ਡਾਕਟਰ ਨਿੱਜਰ ਸਾਹਿਬ ਦੱਸ ਕੇ ਗਏ ਨੇ ਕਿ ਉਹਨਾਂ ਨੇ ਸਾਡੇ ਕੈਰੋਂ ਦੇ ਵਿੱਚ ਜਿਹੜਾ ਖਾਲਸਾ ਮਾਝਾ ਸਕੂਲ ਸੀ ਜਿਹਦੇ ਨਾਲ 40-45 ਕਿੱਲੇ ਜ਼ਮੀਨ ਸੀ ਉਹਨਾਂ ਦੇ ਨਾਂ ਵੱਲੋਂ ਉਹਨਾਂ ਦੇ ਰਾਹੀਂ ਰਜਿਸਟਰੀ ਹੋਈ ਹੈ ਸਰਕਾਰ ਦੇ ਨਾਂ 'ਤੇ। ਔਰ ਇੱਥੇ ਜਿਹੜਾ ਲੜਕੀਆਂ ਵਾਲਾ ਸਕੂਲ ਉਹਦਾ ਵੀ ਖਿਆਲ ਕਰਦੇ ਨੇ। ਸਾਡੀ ਗਾਰਡਨ ਕਲੋਨੀ ਦੇ ਵਿੱਚ ਉਹਨਾਂ ਨੇ ਬੜਾ ਸ਼ਾਨਦਾਰ ਇੱਕ ਸਕੂਲ ਖੋਲ੍ਹਿਆ ਬਹੁਤ ਸਾਰੇ ਬੱਚਿਆਂ ਨੇ ਉਹਨਾਂ ਤੋਂ ਵਿੱਦਿਆ ਪ੍ਰਾਪਤ ਕੀਤੀ ਹੈ। ਮੈਨੂੰ ਜਿੰਨੇ ਵੀ ਇੱਥੇ ਲੋਕ ਮਿਲਦੇ ਨੇ ਹਰ ਇੱਕ ਦੇ ਮਨ ਦੇ ਵਿੱਚ ਬਹੁਤ ਸਾਰਾ ਸਤਿਕਾਰ ਘੁੱਟ ਘੁੱਟ ਕੇ ਭਰਿਆ। ਔਰ ਇਸੇ ਕਰਕੇ ਹੀ ਡਿੰਪਾ ਜੀ ਦੇ ਗਰੀਬੀ ਰਿਸ਼ਤੇਦਾਰੀ ਹੈ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਜੀ ਨੇ ਕੱਲ੍ਹ ਚੇਚੇ ਤੌਰ 'ਤੇ ਫੋਨ ਕਰਕੇ ਕਿਹਾ ਕਿ ਮੇਰੇ ਵੱਲੋਂ ਜਾ ਕੇ ਸ਼ੋਕ ਸੰਦੇਸ਼ ਦੇਣਾ ਹੈ ਹਮਦਰਦੀ ਦਾ ਪ੍ਰਗਟਾਵਾ ਕਰਨਾ ਡਿੰਪਾ ਜੀ ਨਾਲ ਅਤੇ ਬਾਕੀ ਸਾਰੇ ਪਰਿਵਾਰ ਨਾਲ।
और अज ही सवेरे साडे माणयोग कांग्रेस के प्रधान जाखड़ साहब जिहड़े साडे मैंबर पार्लीमेंट ने उन्होंने भी इस मौके पर गहरे दुख का प्रगटावा किया। मैं उन्होंने वालों भी श्रद्धांजलि भेंट करता, सरकार वालों भी श्रद्धांजलि भेंट करता और जिहो जी जिंदगी ज्यों के गए हैं। वाकई गुरबाणी आप कई बार हर एक बारे पढ़ दें पर जो गुरबाणी में लिखा है कि गुरमुख जन्म सवार दर गए चलिया सच्ची दर गए जाए सच्चा पिंड मलिया। असल के जिहड़ियां तुकां ने इहोजिया महान शख्सियतां दे भुगदियां ने जिहड़े सारी जिंदगी बड़ी साफ सुथरी खुली किताब वांग बतीत करके गए ने और उन्होंने जाण तों बाद भी असीं सारे कोशिश करिए कि उन्होंने नक्शे कदमां ते चल के अपनी जिंदगी भी उन्होंने मुताबक चलने की कोशिश करिए। मैं अपने वालों सारे इलाके वालों सरकार वालों विछड़ी हुई आत्मा सरदार हरजीत सिंह जी श्रद्धा के फुल भेंट करता कि उन्होंने जात को पते बुलाइए। वाहेगुरु जी का खालसा वाहेगुरू जी की फतह। दसा गुरां की जो जुगो जुग अकाल साहब श्री गुरु ग्रंथ साहब जी की पावन पवित्र गोद के विराजमान गुरु प्यारी साध संगत जी गुरु फतेह प्रवान करनी वाहगुरु जी का खालसा वाहगुरु जी की फतेह। मैं समुचे अपने कैरों परिवार वालों इतने तुम जिन्ने कदम चल के आए हो उन्नी बार अपना शीस लवा के नमस्कार करके तुहाडा धन्नवादी हाँ। मैं धन्नवादी हाँ अपने वड्डे वीर सरदार संतोख सिंह जी रंधावा जो पंजाब कांग्रेस के प्रधान ते मिनिस्टर भी रहे जिन्हां दे आशीर्वाद सदका अज मैं इत्थे हां। उन्हां दे सपुत्र साहब सुखजिंदर सिंह जी रंधावा साहब मेरे वड्डे वीर अजनाले तो MLA सरदार हरप्रताप सिंह जी अजनाला साडे पुलारिया साहब जो कि हलका दखणी तो MLA ने वो भी आके गए ने सरदार आदेश प्रताप सिंह जी कैरों साबका मंत्री पंजाब साडे वीर सरदार संतोख सिंह जी भाईपुर साहब MLA साहब ब्रिगेडियर जोगी जी काफ़ी बड़िया शख्सियतां आईया ने साढ़े बहुत सारी काफ़ी बड़िया शख्सियतां आईया ने। मैं उन्हां सारिया का धन्नवादी हाँ जिन्हें रिश्तेदार सज्जण मित्र साख संबंधी ये साडे दुख दे विच इस तो वंडण वास्ते इत्थे आए ने उन्हां दा भी कोटन कोटन ऋणी है। मैं पैसे ते आपां हर आदमी की जदों भी रब को दात मंगदा दुध पुत की दात मंगदा है पर मैं जदों इस परिवार को देखता इस ढंग के नाल सारिया भैणों ने रल के अपने माता पिता की सेवा की है। मैं गुरु साहब की हाजरी से कह दिता कि सेवा शायद पुतों के नसीब से नहीं ये धिया ही कर सकता। दूसरा जिस ढंग के नाल डॉक्टर साहब डॉक्टर सतनाम सिंह जी नज्जर साहब बैठे ने साडे वड्डे भैन जी डॉक्टर सिकंदर कौर जी इन्होंने जिते कित भी बजुर्गों को अच्छी सेवा करता इन्होंने इन्हों माण बढ़िया परमात्मा ही योजा जोड़ा आशीर्वाद है या योजा माण है वो उसकी रजा तो बिना नहीं मिलता। इस ढंग का इन्होंने सांभ संभाल की मैं इन्हों जरूर इतने धन्यवाद करना चाहूँगा गुरदेवन जी सरबजीत कौर जी जिन्होंने हमेशा ही जी अमनदीप कौर जी जिन्हें हमेशा ने लोग शहर तो पिंडा तो शहर वालों भाई हो रहे मावी साहब भैन जी अमन जी ये शहर तो पिंड आए कि अपने माँ प्यो के नाल रह के उन्हों की सेवा की जाए। इस मैं समझा कि ये एक चीज़ आपको सीखने की जरूरत
ਜਿੱਥੋਂ ਮੈਂ ਜ਼ਿਆਦਾ ਸਮਾਂ ਨਾ ਲੱਗਦਾ ਹੋਇਆ ਕਿਉਂਕਿ ਬਿਲਕੁਲ ਸੰਖੇਪ ਸਮਾਗਮ ਹੈ, ਮੈਂ ਬਾਕੀ ਬੁਲਾਰਿਆਂ ਤੋਂ ਮਾਫ਼ੀ ਮੰਗਦਾ, ਮੈਂ ਬੇਨਤੀ ਕਰਦਾ ਡਾਕਟਰ ਜੋਗਿੰਦਰ ਸਿੰਘ ਜੀ ਲਹਿਰੋਂ, ਉਸਤਾਦ ਜੋਗਿੰਦਰ ਸਿੰਘ ਜੀ ਖੋਲਸਾ, ਕਿਉਂਕਿ ਬਾਪੂ ਜੀ ਦੀ ਇੱਕ ਖੁਆਇਸ਼ ਸੀ ਕਿ ਉਹਨਾਂ ਨੇ ਕੈਰੋਂ ਪਿੰਡ ਦੇ ਇਤਿਹਾਸ ਬਾਰੇ ਇੱਕ ਕਿਤਾਬ ਜਿਹੜੀ ਆ ਉਹ ਲਿਖਵਾਈ ਸੀ, ਜੋ ਜੋਗਿੰਦਰ ਸਿੰਘ ਜੀ ਕੈਰੋਂ ਹੋਣਾ ਦੀ ਦੇਖ ਰੇਖ ਵਿੱਚ ਸਰ ਜੋਗਿੰਦਰ ਸਿੰਘ ਜੀ ਖੋਲ ਸਾਹਿਬ ਨੇ ਉਦੋਂ ਦੇਖਰੇ ਚਾੜਿਆ, ਉਹ ਅੱਜ ਉਹਨਾਂ ਦੀ ਉਸ ਅੰਤਮ ਅਰਦਾਸ ਦੇ ਮੌਕੇ ਅਸੀਂ ਉਹ ਰਿਲੀਜ਼ ਕਰਾਉਣਾ ਚਾਹੁੰਦੇ ਹਾਂ। ਮੈਂ ਬੇਨਤੀ ਕਰਾਂਗਾ ਖਾਲਸਾ ਸਾਹਿਬ ਅਤੇ ਫੋਜ ਸਾਹਿਬ ਜਿੱਥੇ ਮੇਰੀ ਆਵਾਜ਼ ਸੁਣਦੇ ਹੋ, ਕਿਰਪਾ ਕਰਕੇ ਅੱਗੇ ਆਉਣ, ਆ ਕੇ ਇਸ ਕਿਤਾਬ ਨੂੰ ਜਿਹੜਾ ਵਾ ਉਹ ਰਿਲੀਜ਼ ਕਰ। ਮੈਂ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਇੱਥੇ ਆਉਣ 'ਤੇ ਤਹਿ ਦਿਲ ਧੰਨਵਾਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਪਰਿਵਾਰ ਵੱਲੋਂ ਸਮੁੱਚੇ ਸੰਗਤ ਨੂੰ ਇਹ ਬੇਨਤੀ ਹੈ ਕਿ ਹਰ ਇੱਕ ਜੀ ਨੇ ਲੰਗਰ ਛੱਕ ਕੇ ਜਾਣਾ, ਲੰਗਰ ਛੱਕਣ ਤੋਂ ਬਿਨਾਂ ਕੋਈ ਵੀ ਪਾਣੀ ਜਿਹੜਾ ਵਾ ਉਹ ਨਾ ਜਾਵੇ। ਮੈਂ ਇੱਕ ਵਾਰ ਫਿਰ ਡਾਕਟਰ ਸਾਹਿਬ ਨੂੰ ਅਤੇ ਪੁਲਿਸ ਸਾਹਿਬ ਨੂੰ ਬੇਨਤੀ ਕਰਦਾ ਕਿ ਉਹ ਆ ਕੇ ਉਸ ਕਿਤਾਬ ਨੂੰ ਰਿਲੀਜ਼ ਕਰ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਜੀ, ਇੱਕ ਸੈਕਿੰਡ, ਦੂਜੇ ਨੰਬਰ ਤੇ ਕਾਲ ਕਰ ਲਓ। ਸਾਫ ਸੁਥਰਾ ਗੱਲ ਕਰ ਲਿਆ ਮੈਂ